ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਆਪਣੀ ਇਹ ਵੀਡੀਓ ਹੁੰਦੀ ਹੈ ਕਿਆ ਹੋਏ ਨੇ ਯਾਨੀ ਕਿ ਕੁਐਸਚਨ ਤੇ ਆਨਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਨਾ ਹੁੰਦਾ ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਵਜੇ YouTube ਤੋਂ ਰਿਲੀਜ਼ ਹੁੰਦੀ ਹੈ ਸੋ ਆਪ ਸ਼ੁਰੂ ਕਰਦੇ ਹਾਂ ਅੱਜ ਦਾ ਕਿਆ ਹੋਏ ਨੇ ਤੀਸ਼ ਜਗਰਵਾਲ ਲਿਖਦੇ ਨੇ ਵੀਰ ਜੀ ਰਿਪਲਾਈ ਦਿਓ ਮੈਂ ਅੱਜ ਇੱਕ ਵੀਡੀਓ ਦੇਖੀ ਹੈ ਜਿਸ ਵਿੱਚ ਉਹ ਤਾਂ ਕਹਿ ਰਹੇ ਨੇ ਕਿ ਐਗਰੀਕਲਚਰ ਫਾਰਮ ਵਰਕਰ ਪੀਆਰ ਲਈ ਹਾਈਲਾਈਟਸ ਦੀ ਜ਼ਰੂਰਤ 4.5 ਬੈਂਡ ਹੋਣੇ ਚਾਹੀਦੇ ਐ ਪਰ ਤੁਸੀਂ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਪੀਆਰ ਲਈ ਹਾਈਲਾਈਟਸ ਦੀ ਜ਼ਰੂਰਤ ਨਹੀਂ ਹੈ ਭਾਜੀ ਦੱਸਿਓ ਕੀ ਸੱਚ ਹੈ ਬ੍ਰਦਰ ਮੈਂ ਇਹ ਦੱਸਿਆ ਸੀ ਕਿ ਐਗਰੀਕਲਚਰ ਵਰਕ ਫਾਰਮ ਵਾਸਤੇ ਹਾਈਲਾਈਟਸ ਦੀ ਲੋੜ ਨਹੀਂ ਪਰ ਜਦੋਂ ਤੁਹਾਡਾ ਇਹ ਪੀਰੀਅਡ ਖਤਮ ਹੁੰਦਾ ਹੈ ਜਦੋਂ ਤੁਸੀਂ ਪੀਆਰ ਲੈਣਾ ਹੈ ਵਾਸੇ ਜਾਣੇ ਹੋ ਯਾਨੀ ਕਿ ਪੀਆਰ ਪਾਣੇ ਹੋ ਤਾਂ ਤੁਹਾਨੂੰ ਸਾਢੇ 4 ਬੈਂਡ ਘੱਟੋ-ਘੱਟ ਜ਼ਰੂਰੀ ਨੇ ਕਿਉਂਕਿ ਤੁਸੀਂ ਆਪ ਹੀ حساب ਲਾਓ ਜਦੋਂ ਜਿਹੜੀ ਕੰਟਰੀ ਦੀ ਤੁਸੀਂ ਨਾਗਰਿਕਤਾ ਲੈਣ ਲੱਗਿਓ ਉਸ ਕੰਟਰੀ ਦੀ ਲੈਂਗੁਏਜ ਤੁਹਾਨੂੰ ਆਣੀ ਚਾਹੀਦੀ ਹੈ ਜੇ ਤੁਹਾਨੂੰ ਲੈਂਗੁਏਜ ਹੀ ਨਹੀਂ ਆਂਦੀ ਤਾਂ ਪੀਆਰ ਕਿਵੇਂ ਹੋ ਸਕਦੀ ਹੈ ਇੱਕ ਕੇਸ ਜੀ ਵਿਦਆਊਟ ਆਇਲੈਂਡਸ ਪੀਆਰ ਹੁੰਦੀ ਹੈ ਉਹਦੀ ਅਸਾਈਲਮ ਰਿਫਿਊਜੀ ਕੇਸ ਆਪਾਂ ਜਿਹਨੂੰ ਕਹਿ ਦਿੰਨੇ ਆ ਉਹਦੇ ਵਿੱਚ ਕੋਈ ਆਪਾਂ ਨੂੰ ਆਇਲੈਂਡਸ ਦੀ ਜ਼ਰੂਰਤ ਨਹੀਂ ਹੁੰਦੀ ਕਿਸੇ ਵੀ ਵਰਕ ਪਰਮਿਟ ਤੋਂ ਜੇ ਤੁਸੀਂ ਪੀਆਰ ਤੇ ਜਾਂਦੇ ਹੋ ਤਾਂ ਤੁਹਾਨੂੰ ਘੱਟੋ-ਘੱਟ ਸਾਢੇ 4 ਬੈਂਡ ਦੀ ਲੋਡ ਜ਼ਰੂਰੀ ਹੁੰਦੀ ਹੈ ਮੈਂ ਇਹ ਕਿਹਾ ਸੀਗਾ ਕਿ ਜਿਹੜਾ ਸੀ ਕੈਟਾਗਰੀ ਹੈ ਜਿਵੇਂ ਫਾਰਮਵਰਕ ਜਿਹੜਾ ਹੈਗਾ ਉਹ ਫਾਰਮਵਰਕਰ ਵੀਜ਼ਾ ਹੋ ਗਿਆ ਪੈਟ ਗਰੂਮਰ ਹੋ ਗਏ ਐਨੀਮਲ ਕੇਅਰ ਟੇਕਰ ਹੋ ਗਏ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸੀ ਕੈਟਾਗਰੀ ਦੇ ਕੰਮ ਨੇ ਇਹਦੇ ਵਿੱਚ ਜਦੋਂ ਵਰਕ ਪਰਮਿਟ ਬਾਨਨੇ ਆ ਉਦੋਂ ਸਾਨੂੰ ਹਾਈਲਾਈਟਸ ਦੀ ਲੋਡ ਨਹੀਂ ਹੁੰਦੀ ਪਰ ਆ ਵਰਕ ਪਰਮਿਟ ਉਹ ਜੋ ਤੁਸੀਂ ਪੀਆਰ ਤੇ ਜਾਣਦੇ ਹੋ ਫਿਰ ਆਪਾਂ ਨੂੰ ਘੱਟੋ ਘੱਟ 4.5 ਬੈਂਡ ਦੀ ਲੋਡ ਹੁੰਦੀ ਹੈ ਜੀ ਸਿੰਘ ਸਿੰਘ ਲਿਖਦੇ ਨੇ 24 ਸਾਲ ਦੇ ਮੁੰਡੇ ਦਾ ਜੋ ਵੀਜ਼ਾ ਆਇਆ ਸੀ ਸਰ ਉਸ ਦੇ ਆਪਣੇ ਨਾਮ ਜਮੀਨ ਸੀ 12 ਕਿੱਲੇ ਜਾਂ ਫਿਰ ਡੈਡੀ ਦੇ ਨਾਮ ਸੀ ਫੁੱਲ ਫੁੱਲ ਪ੍ਰੋਫਾਈਲ ਦੱਸਿਓ ਦੇਖੋ ਜੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ 23-24 ਸਾਲ ਦੀ ਉਮਰ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਨਾਮ ਜਿਹੜੀ ਹੈਗੀ ਜ਼ਮੀਨ ਹੁੰਦੀ ਹੈ ਜ਼ਮੀਨ ਉਹਦੇ ਫਾਦਰ ਦੇ ਨਾਮ ਤੇ ਸੀ ਪਰ ਜੇ ਫਾਰਮ ਉਸ ਮੁੰਡੇ ਦੇ ਨਾਮ ਤੇ ਆਂਦੇ ਸੀਗੇ ਬੈਂਕ ਬੈਲੈਂਸ ਸੀਗਾ ਠੀਕ ਹੈ ਜੀ ਸੋ ਉਹਨੇ ਬਦੀ ਪ੍ਰੋਫਾਈਲ ਜਿਵੇਂ ਅਸੀਂ ਉਹਨੂੰ ਗਾਈਡ ਕੀਤਾ ਹੋਇਆ ਸੀਗਾ ਆਵਦੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਬਣਾਈ ਹੋਈ ਸੀ ਟਰਾਂਜੈਕਸ਼ਨ ਵਧੀਆ ਸੀਗੀਆਂ ਜੇ ਫਾਰਮ ਸੀਗੇ ਜ਼ਮੀਨ ਦੀ ਫਰ ਸੀ ਫਾਦਰ ਤੋਂ ਸਪੋਰਟ ਲੈਟਰ ਸੀਗਾ ਸਪੋਰਟ ਐਫੀ ਡਾਇਵਰਸ ਸੀ ਸੋ ਉਹਨੇ ਪੇਪਰ ਲਾਇਆ ਮਹਾਰਾਜ ਨੇ ਕਿਰਪਾ ਕੀਤੀ ਵੀਜ਼ਾ ਆ ਗਿਆ ਸੁਜੀਤ ਝਾ ਲਿਖਦੇ ਨੇ ਸਰ ਜੀ ਯੂ ਐਸ ਏ ਟਰਾਂਜ਼ਿਟ ਵੀਜ਼ਾ ਕੀ ਵੇਟਿੰਗ ਪੀਰੀਅਡ ਕਿਤਨਾ ਹੋਗਾ हाले ट्रांजिट वीज़ा नहीं निकल रहा यू एस ए खास करके जो आप गल करिए बी वन बी टू वास्ते हाले अवेलेबिलिटी नहीं हैगी मैसेज बंद ने सो हाले बेट का कुछ नहीं किया जा सकता जी उमेश लिखते हैं हैलो सर विस्टर वीज़ा प्रोग्राम कनेडा का करके स्टडी वीज़ा कन्वर्ट करवा सकते हैं उसके लिए आईलैट्स का टेस्ट देना पड़ता है और वो कौन करता है विजटर वीज़ा लेकर जा, जाते हैं तो देखिए जी आप जब आपके पास विजिटर वीज़ा तो वहाँ जाके आप विजिटर वीजा को स्टडी में भी कन्वर्ट कर सकते हैं और वर्क परमिट भी कर सकते हैं पर यदि स्टडी में करेंगे तो आपको आईलेट्स तो चाहिए क्योंकि वो तो बेसिक रिक्वायरमेंट है उनकी आईलेट्स के बिना स्टडी वीज़ा कन्वर्ट नहीं होगा आपके पास ऑप्शन रहती है कि आप स्टडी ना करके वर्क परमिट भी कन्वर्ट कर सकते हैं गुरजीत तालीबार लिख देने आई वन आस्क यू दैट माई आईलेट्स विल एक्सपायर ऑन 22 ਸੈਕੰਡ ਫਰਵਰੀ 2020 ਆਈ ਡਿਡ ਨਾਟ ਗੈਟ ਮਾਈ ਵੀਜ਼ਾ ਯੈਟ ਵਿਲ ਇਟ ਇਫੈਕਟ ਔਨ ਮਾਈ ਫਾਈਲ ਐਂਡ ਟ੍ਰੈਵਲ ਟੂ ਕੈਨੇਡਾ ਯੈਸ ਬਿਲਕੁਲ ਇਫੈਕਟ ਕਰੇਗਾ ਜੀ ਦੇਖੋ ਤੁਹਾਨੂੰ ਜੇਕਰ ਤੁਹਾਡੀ ਵੈਲਿਡਿਟੀ 6 ਮਹੀਨੇ ਤੋਂ ਘੱਟ ਰਹਿੰਦੀ ਹੈ ਤਾਂ ਵੀ ਤੁਹਾਨੂੰ ਸਟੱਡੀ ਵੀਜ਼ੇ ਤੇ ਫਾਈਲ ਨਹੀਂ ਲਾਣੀ ਚਾਹੀਦੀ ਸੀਗੀ ਜੀ ਕਿਉਂਕਿ ਹਾਲੇ ਟਾਈਮ ਦਾ ਕੁਝ ਨਹੀਂ ਪਤਾ ਕਿੰਨਾਕ ਟਾਈਮ ਲੱਗੇ ਜਦੋਂ ਐਮਬੈਸੀ ਆਫਸਰ ਦੇ ਹੱਥ ਤੇ ਵੀ ਤੁਹਾਡੀ ਫਾਈਲ ਆਣੀ ਹੈ ਜੇ ਉਦੋਂ ਕਿਤੇ ਤੁਹਾਡਾ ਐਕਸਪਾਇਰ ਹੋਇਆ ਹੋਇਆ ਫਿਰ ਦਿੱਕਤ ਤੁਹਾਨੂੰ ਆ ਸਕਦੀ ਹੈ ਸੋ ਤੁਸੀਂ ਆਪਣੀ ਫਾਈਲ ਅਪਡੇਟ ਕਰ ਸਕਦੇ ਹੋ ਨਵੇਂ ਸਿਰੇ ਤੋਂ ਹਾਈਲਾਈਟਸ ਕਰਕੇ ਆਪਦਾ ਜਿਹੜੀ ਫਾਈਲ ਨੂੰ ਅਪਡੇਟ ਕਰ ਲਓ ਬਿਹਤਰ ਰਹੇਗਾ ਤੁਹਾਡੇ ਵਾਸਤੇ ਅਗਲਾ ਕਮੈਂਟ ਹੈ ਜੀ ਗੁਰਜੀਤ ਸਿੰਘ ਦਾ ਲਿਖਦੇ ਨੇ ਸਰ ਮੈਂ ਮੇਰੀ ਡਾਟਰ ਦਾ ਪਾਸਪੋਰਟ 11 ਮੰਥ ਰਹਿ ਗਏ ਆ ਜੀ 5 5 ਇਅਰ ਹੈਗਾ ਜੀ ਮੈਨੂੰ ਕਦੋਂ ਪਾਸਪੋਰਟ ਅਪਲਾਈ ਕਰਨਾ ਜਿੱਦਾਂ ਕਿ ਨਿਊ ਪਾਸਪੋਰਟ ਨਾਲ ਪੁਰਾਣਾ ਪਾਸਪੋਰਟ ਅਟੈਚ ਹੋ ਜਾਂਦਾ ਜ਼ਰੂਰ ਦੱਸਣਾ ਜੀ ਨਹੀਂ ਜੀ ਜੇ ਜਦੋਂ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 1 ਸਾਲ ਤੋਂ ਘੱਟ ਰਹੇ ਜੇ ਤਾਂ ਤੁਹਾਡਾ ਪਾਸਪੋਰਟ ਦੁਬਾਰੇ ਬਣ ਸਕਦਾ ਜੀ ਤੁਹਾਨੂੰ ਦੁਬਾਰੇ ਪਾਸਪੋਰਟ ਬਣਾ ਲੈਣਾ ਚਾਹੀਦਾ ਹੈ ਕੈਨੇਡਾ ਵਾਸਤੇ ਤੁਸੀਂ ਪੁਰਾਣਾ ਪਾਸਪੋਰਟ ਅਟੈਚ ਕਰਕੇ ਟਰੈਵਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਤੁਹਾਡੇ ਵੀਜ਼ਾ ਦੀ ਵੈਲਿਡਿਟੀ ਉਹ ਪਾਸਪੋਰਟ ਤੇ ਡਿਪੈਂਡ ਕਰਦੀ ਹੈ ਜੇ ਪਾਸਪੋਰਟ ਕੈਨਸਲ ਹੋ ਗਿਆ ਤਾਂ ਵੀਜ਼ਾ ਵੀ ਕੈਨਸਲ ਹੁੰਦਾ ਹੈ ਜੀ ਗੁਰਜਤ ਸਿੰਘ ਲਿਖਦੇ ਨੇ ਸਰ ਵਿਸਟਰ ਵੀਜ਼ਾ ਲਈ ਓਮਿਕਰੋਨ ਲਈ ਮੈਡੀਕਲ ਹੋ ਰਿਹਾ ਬਿਲਕੁਲ ਨਹੀਂ ਜੀ ਕੋਈ ਮੈਡੀਕਲ ਨਹੀਂ ਹੋ ਰਿਹਾ ਇਸ ਟਾਈਮ ਕੋਈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਟੂਰਿਸਟ ਹੋ ਜਾਵਾ ਵਾਸਤੇ ਕਿਸੇ ਤਰ੍ਹਾਂ ਦੀ ਮੈਡੀਕਲ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਹੈਲੋ ਰਾਮ ਲਿਖਦੇ ਨੇ ਮੈਂ ਯੂਕੇ ਫਾਈਲ ਲਾਈ ਸੀ ਉਹ 8 ਮੰਡ ਦਾ ਵੀਜ਼ਾ ਸੀ ਤੇ ਕਾਲਜ ਤੋਂ ਸਪான்ਸਰ ਲੈਟਰ ਸੀ ਤੇ ਫਾਈਲ ਚ ਵਿਜ਼ਟਰ ਵੀਜ਼ਾ ਪਰ ਹੋ ਗਿਆ ਤੇ ਉਹਨਾਂ ਨੇ ਰੈਫਰੈਂਸ ਰੈਫਰੈਂਸ ਕਰਤਾ ਕਿੰਨਾ ਟਾਈਮ ਬਾਅਦ ਫਾਈਲ ਲਾਈਏ ਥੋੜਾ ਵੇਟ ਕਰ ਲਓ ਜੀ ਥੋੜੀ ਜਿਹੀ ਵੇਟ ਕਰ ਲਓ ਥੋੜਾ ਟਾਈਮ ਬਾਅਦ ਕਰ ਲਓ ਬਿਹਤਰ ਰਹੇਗਾ ਜਸਪ੍ਰੀ ਸਿੰਘ ਬਲੌਗ ਲਿਖਦੇ ਨੇ ਬਿਰਜੀ ਮੈਂ 26 ਜੁਲਾਈ 2021 ਨੂੰ ਕੈਨੇਡਾ ਦੇ ਬਾਇਓਮੈਟ੍ਰਿਕ ਹੋ ਗਏ ਸੀ ਕੈਨੇਡਾ ਟੂਰਿਸਟ ਵੀਜ਼ਾ ਮਗਰ ਹਜੇ ਤੱਕ ਮੈਨੂੰ ਕੋਈ ਜਿਹੜੀ ਮੇਲ ਜਾਂ ਰਿਜ਼ਲਟ ਹੈਗਾ ਉਹ ਨਹੀਂ ਆਇਆ ਬ੍ਰਦਰ ਤੁਹਾਡੀ 26 ਜੁਲਾਈ ਨੂੰ ਲੱਗੀ ਬਹੁਤ ਟਾਈਮ ਹੋ ਗਿਆ ਕੋਈ ਦਿੱਕਤ ਆ ਸਕਦੀ ਹੈ ਤੁਸੀਂ ਫਾਈਲ ਨੂੰ ਡਰਾ ਕਰੋ ਤੇ ਦੁਬਾਰਾ ਅਪਲਾਈ ਕਰ ਲਓ ਬਿਹਤਰ ਰਹੇਗਾ ਤੁਹਾਡੇ ਵਾਸਤੇ ਅਗਲਾ ਕਮੈਂਟ ਹੈ ਜੀ ਕਸ਼ਿਕ ਬੱਟੀ ਕਾ ਲਿਖਦੇ ਨੇ ਹਾਈ ਸਰਾਇਮ ਫਰਮ ਪਾਕਿਸਤਾਨ ਪਾਕਿਸਤਾਨ ਪੰਜਾਬ ਮੇਰਾ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਹੋਇਆ ਇੰਡੀਆ ਤੋਂ 1 ਇਅਰ ਹੋਇਆ ਲੇਕਿਨ ਹੁਣ ਤੱਕ ਮੇਰੇ ਬਾਇਓਮੈਟ੍ਰਿਕ ਨਹੀਂ ਹੋਏ ਮੇਰਾ ਏਜੰਟ ਕਹਿੰਦਾ ਜਸਟ ਵੇਟ ਪਲੀਜ਼ ਸਰ ਟੈਲ ਮੀ ਸਮਥਿੰਗ ਵਿਦਆਊਟ ਬਾਇਓਮੈਟ੍ਰਿਕ ਫਾਈਲ ਕੰਪਲੀਟ ਹੁੰਦੀ ਹੈ ਨਹੀਂ ਜੀ ਜਦੋਂ ਤੁਸੀਂ ਕੋਈ ਵੀ ਐਪਲੀਕੇਸ਼ਨ ਕੈਨੇਡਾ ਵਾਸਤੇ ਫਾਈਲ ਕਰਦੇ ਹੋ ਭਾਵੇਂ ਉਹ ਸਟੱਡੀ ਵੀਜ਼ਾ ਹੈ ਭਾਵੇਂ ਟੂਰਿਸਟ ਵੀਜ਼ਾ ਹੈ ਭਾਵੇਂ ਵਰਕ ਪਰਮਿਟ ਹੈ ਪੀਆਰ ਹੈ ਵਿਦਆਊਟ ਬਾਇਓਮੈਟ੍ਰਿਕ ਤੋਂ ਫਾਈਲ ਕੰਪਲੀਟ ਨਹੀਂ ਹੁੰਦੀ ਠੀਕ ਹੈ اور ਜੇ 8 ਮਹੀਨੇ ਹੋ ਗਏ ਨੇ ਹੁਣ ਤੱਕ ਤਾਂ ਤੁਹਾਡੀ ਫਾਈਲ ਵੈਸੀ ਰਿਜੈਕਟ ਹੋ ਗਈ ਹੋएगी ਠੀਕ ਹੈ ਜੇ ਤੁਸੀਂ ਬਾਇਓਮੈਟ੍ਰਿਕ ਤੇ ਨਹੀਂ ਜਾਂਦੇ ਆ ਬਾਇਓਮੈਟ੍ਰਿਕ ਨਹੀਂ ਚੱਕਦੇ ਤੁਹਾਡੀ ਫਾਈਲ ਨੂੰ 1 ਮਹੀਨੇ ਤੋਂ ਜ਼ਿਆਦਾ ਹੋ ਜਾਂਦਾ ਹੈਗਾ ਤਾਂ ਤੁਹਾਡੀ ਫਾਈਲ ਉਦਾਂ ਹੀ ਰਿਜੈਕਟ ਹੋ ਜਾਂਦੀ ਹੈ ਸੋ ਸਮਥਿੰਗ ਰੋਂਗ ਕੁਸ਼ਣ ਹੈ ਕੁਝ ਗਲਤ ਹੈ ਤੁਸੀਂ ਆਪਦੇ ਕੰਸਲਟੈਂਟ ਨਾਲ ਕੰਸਲਟ ਕਰੋ ਕਿ ਕਿੱਥੇ ਦਿੱਕਤ ਹੈਗੀ ਹੈ ਉਹ ਹੀ ਤੁਹਾਨੂੰ ਬੈਟਰ ਦੱਸ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ 8 ਮਹੀਨੇ ਹੋ ਗਏ ਨੇ ਵੇਟ ਕਰਨ ਨੂੰ ਕਹਿ ਰਹੇ ਨੇ ਬਾਇਓਮੈਟ੍ਰਿਕ ਹੋਏ ਨਹੀਂ ਪੋਸੀਬਲ ਨਹੀਂ ਹੈਗਾ ਫਾਈਲ ਰਿਜੈਕਟ ਹੋ ਗਈ ਹੋਗੀ ਕੁਲਦੀਪ ਕੋਰ ਲੀਕ ਦੇ ਨੇ ਸਰ ਸਾਈਪ੍ਰਸ ਤੋਂ ਕੈਨੇਡਾ ਵਿਜ਼ਟਰ ਵੀਜ਼ਾ ਬਾਰੇ ਬਲੀ ਜਰੂਰ ਦੱਸਿਓ ਤੁਸੀਂ ਕਿਤੋਂ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਭਾਵੇਂ ਤੁਸੀਂ ਸਾਈਪ੍ਰਸ ਤੋਂ ਹੋ ਜਾਂ ਕਿਸੇ ਹੋਰ ਕੰਟਰੀ ਤੋਂ ਜੇਕਰ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ ਤੁਸੀਂ ਕਿਤੋਂ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਸਾਡਾ ਹੁਣੇ ਲੇਟੈਸਟ ਵੀਜ਼ਾ ਆਇਆ ਸੀਗਾ ਉਹ ਕੁੜੀ ਮਨਿੰਦਰ कौर ਜਰਮਨ ਤੋਂ ਬਿਲੋਂਗ ਕਰਦੀ ਹੈ ਜਰਮਨ ਦੇ ਵਿੱਚ ਸੀਗੀ ਇੰਡੀਅਨ ਪਾਸਪੋਰਟ ਸੀ ਤੇ ਅਸੀਂ ਵੀਜ਼ਾ ਲੈ ਕੇ ਦਿੱਤਾ ਉਹਨੂੰ ਹੋਰ ਵੀ ਤੁਸੀਂ ਸਾਡੇ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਅਸੀਂ ਕਦੇ ਦੁਬਈ ਤੋਂ ਕਦੇ ਆਸਟ੍ਰੇਲੀਆ ਤੋਂ ਕਦੇ ਕਿਸੇ ਕੰਟਰੀ ਤੋਂ ਬਹੁਤ سارے ਅਸੀਂ ਵੀਜ਼ੇ ਜਿਹੜੇ ਹੈਗੇ ਕੈਨੇਡਾ ਦੇ ਲਿੱਤੇ ਨੇ ਸੋ ਤੁਸੀਂ ਕਿਸੇ ਵੀ ਕੰਟਰੀ ਤੋਂ ਆਪਦਾ ਵੀਜ਼ਾ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਮਨਪ੍ਰੀਤ ਕੌਰ ਲਿਖਦੇ ਨੇ ਸਰ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਂ ਕੈਨੇਡਾ ਜਾ ਸਕਦਾ ਆ ਬਿਲਕੁਲ ਜਾ ਸਕਦੇ ਹੋ ਜੀ ਟੂਰਿਸਟ ਵੀਜ਼ੇ ਤੇ ਜਾ ਸਕਦੇ ਹੋ ਇੰਗਲਿਸ਼ ਦੀ ਟੂਰਿਸਟ ਵੀਜ਼ੇ ਵਾਸਤੇ ਜਿਹੜੇ ਹੈਗੇ ਜ਼ਰੂਰਤ ਨਹੀਂ ਹੁੰਦੀ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਸਕਦੇ ਹੋ ਨਮਨ ਚੌਧਰੀ ਲਿਖਦੇ ਨੇ ਫੈਮਿਲੀ ਟੂਰਿਸਟ ਵੀਜ਼ਾ ਆ ਰਹੇ ਹੈ ਕੈਨੇਡਾ ਦੇ ਇਸ ਵਾਰੇ ਜਰੂਰ ਦੱਸਣਾ ਬਿਲਕੁਲ ਆ ਰਹੇ ਨੇ ਜੀ ਫੈਮਿਲੀ ਵੀਜ਼ਾ ਹੋਵੇ ਭਾਵੇਂ ਸਿੰਗਲ ਹੋਵੇ ਕਪਲ ਹੋਵੇ जो थोड़ी प्रोफाइल चंकी है तो वीज़ाज आ रहे हैं तो अपलाई कर सकते सद नेहा राबत लिख देने सर मेरा क्वेश्चन ये है आपसे कि मेरा बड़ा भाई कनेडा में पी आर है और मेरी मम्मी पापा भी पी आर है वहाँ मेरी एज ट्वेंटी फोर ईयर है सर मेरी अभी रिसेंटली बी कॉम कंप्लीट हुई है मेरा भाई मुझे स्पॉन्सरशिप भेजे तो मेरा चांस है बिल्कुल है नेहा जी आपका चांसेस है आप थोड़ा सा काम दिखा लीजिए या तो अपने आप को स्टूडेंट दिखाइए या कोई ना कोई काम दिखाइए आपकी सैलरी अकाउंट में आए कहीं से या आप, आपका अपना काम हो चाहे ट्यूशन सेंटर ही क्यों ना दिखाइए कुछ ना कुछ काम आपको दिखाना पड़ेगा आपका भाई पी है पी आर के बेस पे ब्लड रिलेशन के बेस पे आपका वीज़ा आएगा बेहतर जानकारी के लिए आप हमें कॉल कर सकते हैं अगला कमेंट है जी नूरदा लिख देने सर प्लीज़ टेल मी अबाउट heranic university is good for ms it is private or public is is you film will be job opportunity there after ms should i go there or not please tell me sir uh, bilkul ji vadiya university hai gi hai aur public university hai gi hai tusi apply kar sakde ho ji achhi university hai gi hai aur jede tode job chances hunde ne todi skill te depend karda ji a uh, tode mal percentage kinni hai gi hai toda grade ki hai ਉਸ ਚੀਜ਼ ਤੇ ਡਿਪੈਂਡ ਕਰਦਾ ਸੋ ਤੁਹਾਡੀ ਪਲੇਸਮੈਂਟ ਹੋ ਜਾਂਦੀ ਹੈ ਜੀ ਸੋ ਗੁੱਡ ਯੂਨੀਵਰਸਿਟੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਅ ਪਰ ਪੰਜਾਬੀ ਰੇਡੀਓ ਲਿਖਦੇ ਨੇ ਹੈਲੋ ਸਰ ਮੈਂ ਆਪਣੀ ਟੂਰਿਸਟ ਵੀਜ਼ਾ ਫਾਈਲ 11 ਨਵੰਬਰ 2021 ਚ ਲਗਾਈ ਸੀ ਬਾਇਓਮੈਟ੍ਰਿਕ 18 ਨਵੰਬਰ ਨੂੰ ਡਨ ਹੋ ਗਏ ਸੀ ਬਟ ਮੇਰੀ ਫਾਈਲ ਅਪਲਾਈ ਕੈਨੇਡਾ ਚੋਂ ਹੋਈ ਸੀ ਸਪੌਂਸਰਸ਼ਿਪ ਤੇ ਕੀ ਟਾਈਮ ਆਊਟਸਾਈਡ ਕੈਨੇਡਾ ਵਾਲੀ ਮੰਨੀ ਜਾਊਗੀ ਜੀ ਕਿ 59 ਡੇ ਦਿਖਾ ਰਹੇ ਨੇ ਸਾਈਡ ਕੈਨੇਡਾ ਵਾਲੀ ਮੰਨੀ ਪੋਗੀ ਕਿ 50 159 ਡੇਸ ਦੀ ਸ਼ੋ ਹੋ ਰਹੀ ਹੈ ਜੀ ਪਲੀਜ਼ ਸਰ ਦੱਸਿਓ ਦੇਖੋ ਫਾਈਲ ਤੁਹਾਡੀ ਜਿੱਥੋਂ ਮਰਜ਼ੀ ਅਪਲਾਈ ਹੋਈ ਹੋਵੇ ਜੀ ਜਿੱਥੋਂ ਦੇ ਤੁਸੀਂ ਸਿਟੀਜ਼ਨ ਹੈਗੇ ਹੋ ਉੱਥੇ ਕੀ ਜਿਹੜਾ ਹੈਗਾ ਪ੍ਰੋਸੈਸ ਚੱਲ ਰਿਹਾ ਜਾਂ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਦੁਬਈ ਕੰਮ ਕਰਦੇ ਹੋ ਤੁਸੀਂ ਆਸਟ੍ਰੇਲੀਆ ਕਰਦੇ ਹੋ ਜਾਂ ਇੰਡੀਆ 'ਚ ਹੈਗੇ ਹੋ ਸੋ ਉੱਥੋਂ ਹੀ ਤੁਹਾਡਾ ਟਾਈਮ ਕੈਲਕੂਲੇਟ ਹੁੰਦਾ ਹੈਗਾ ਠੀਕ ਹੈ ਸੋ ਜਿਹੜਾ ਟਾਈਮ ਹੁਣ ਚੱਲ ਰਿਹਾ ਜਿੱਥੇ ਤੁਸੀਂ ਹੈਗੇ ਹੋ ਉੱਥੋਂ ਹੀ ਕੈਲਕੂਲੇਟ ਹੋਏਗਾ ਨਾ ਕਿ ਕੈਨੇਡਾ ਤੋਂ ਇਨਸਾਈਡ ਕੈਨੇਡਾ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਬੰਦੇ ਕੈਨੇਡਾ ਚ ਗਏ ਹੋਏ ਨੇ ਉੱਥੇ ਰਹਿ ਰਹੇ ਨੇ ਉਹ ਜਿਹੜੇ ਉੱਥੋਂ ਅਪਲਾਈ ਕਰਦੇ ਨੇ ਉਹ ਇਨਸਾਈਡ ਕੈਨੇਡਾ ਹੈ ਆਊਟਸਾਈਡ ਕੈਨੇਡਾ ਤੁਸੀਂ ਬਾਹਰ ਹੈਗੇ ਹੋ ਭਾਵੇਂ ਤੁਹਾਡੀ ਫਾਈਲ ਕੈਨੇਡਾ ਤੋਂ ਅਪਲਾਈ ਹੋ ਰਹੀ ਹੈ ਤੁਹਾਨੂੰ ਟਾਈਮ ਬਾਹਰ ਵਾਲੇ ਲੱਗੇਗਾ ਪ੍ਰਿੰਸ ਰਠੌਰ ਲਿਖਦੇ ਨੇ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਆਪਾਂ ਨੂੰ ਵਰਕ ਪਰਮਿਟ ਵਿੱਚ ਕਨਵਰਟ ਕਰਵਾਉਣਾ ਚਾਹੀਦਾ ਪਲੀਜ਼ ਜਰੂਰ ਦੱਸਿਓ ਕੋਈ ਦਿੱਕਤ ਨਹੀਂ ਜੀ ਜਦੋਂ ਮਰਜ਼ੀ ਕਰਾ ਸਕਦੇ ਹੋ ਤੁਹਾਡੇ ਕੋਲ ਜੌਬ ਆਫਰ ਹੋਣੀ ਚਾਹੀਦੀ ਹੈ ਕੋਈ EMPLOYER ਹੋਣਾ ਚਾਹੀਦਾ ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੋ ਸੋ ਟਾਈਮ ਲੱਗਦਾ ਹੈ ਮੇਨ ਟਾਈਮ ਦਾ ਤੁਹਾਨੂੰ EMPLOYER ਲੱਭਣ ਨੂੰ ਲੱਗਦਾ ਹੈਗਾ ਤੁਹਾਡੇ ਐਕਸਪੀਰੀਅੰਸ ਮੈਚ ਕਰਕੇ ਹੀ ਤੁਹਾਡਾ ਜਿਹੜਾ ਅੱਗੇ ਪ੍ਰੋਸੈਸ ਹੁੰਦਾ ਹੈ ਜੀ ਰਾਜ ਕੁਮਾਰ ਲਿਖਦੇ ਨੇ ਸਰ ਮੈਂ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੋਟਲ ਬੁਕਿੰਗ ਤੇ ਸਰ ਮੈਂ ਫੰਡ ਕਰੰਟ ਅਕਾਊਂਟ ਵਿੱਚ ਸ਼ੋ ਕੀਤੇ ਨੇ ਸੇਵਿੰਗ ਵਿੱਚ ਨਹੀਂ ਸਰ ਦੱਸਣਾ ਠੀਕ ਹੈ ਜਾਂ ਗਲਤ ਕੋਈ ਦਿੱਕਤ ਨਹੀਂ ਜੀ ਤੁਸੀਂ ਫੰਡ ਕਰੰਟ ਚ ਕਰ ਲਓ ਸੇਵਿੰਗ ਕਰ ਲਓ ਕਰੰਟ ਅਕਾਊਂਟ ਤੁਹਾਡਾ ਨਾ ਹੋਣਾ ਚਾਹੀਦਾ ਥੋੜਾ ਇੰਡੀਵਿਜੁਅਲ ਅਕਾਊਂਟ ਹੈਗਾ ਕਰੰਟ ਤੁਸੀਂ ਕਰੰਟ ਅਕਾਊਂਟ ਵੀ ਆਪਦੇ ਫੰਡ ਸ਼ੋ ਕਰ ਸਕਦੇ ਹੋ ਜੀ ਰਮਨ ਮੈਂ ਨਹੀਂ ਲਿਖਦੇ ਨੇ ਸਰਵਾਈਵ ਨੂੰ ਕੈਨੇਡਾ ਗਿਆ ਨੂੰ 4 ਮੰਥ ਹੋ ਗਏ ਨੇ ਜੀ 3rd ਸੈਮੈਸਟਰ ਜਿਹੜਾ ਹੈਗਾ ਜੀ 4 ਮੰਥ ਹੋ ਗਏ ਨੇ 3rd ਸੈਮੈਸਟਰ ਚੱਲਦਾ ਜੀ ਮੇਰੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ ਜੀ ਸੈਲਰੀ ਅਕਾਊਂਟ ਵੀ ਜਾਂਦੀ ਹੈ 4 ਮੰਥ ਹੋਏ ਫੰਡ ਵੀ ਹੈ ਕੀ ਵੀਜ਼ਾ ਹੋ ਸਕਦਾ ਬਿਲਕੁਲ ਹੋ ਸਕਦਾ ਰਮਨ ਜੀ ਤੁਸੀਂ ਓਪਨ ਵਰਕ ਪਰਮਿਟ ਪਾ ਸਕਦੇ ਹੋ ਸਾਡੇ ਸਰਵਿਸ ਵੀ ਲੈ ਸਕਦੇ ਹੈਗੇ ਹੋ ਤੁਸੀਂ ਫ੍ਰੀ ਹੋ ਕੇ ਸਾਨੂੰ ਕਾਲ ਕਰ ਲਓ ਅਸੀਂ ਪੂਰੀ ਜਾਣਕਾਰੀ ਦੇ ਦੇਵਾਂਗੇ ਕਿਹੜੇ-ਕਿਹੜੇ ਪੇਪਰ ਤੁਹਾਨੂੰ ਚਾਹੀਦੇ ਨੇ ਔਰ ਕੀ-ਕੀ ਗੱਲਾਂ ਤੁਸੀਂ ਧਿਆਨ ਰੱਖਣਾ ਸੋ ਦੋਸਤੋ ਇਹ ਤੁਹਾਡੇ ਸੀਗੇ ਅੱਜ ਦੇ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਦਾ ਬਟਨ ਦਬਾਓ ਤਾਂ ਕਿ ਆਨ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮੈਨੂੰ ਇੰਸਟਾ ਤੇ ਫੋਲੋ ਕਰੋ ਫੇਸਬੁੱਕ ਤੇ ਲਾਈਕ ਕਰੋ ਆਪਣਾ ਕੇਸ ਡਿਸਕਸ ਕਰਨ ਲਈ ਕੇਸ ਅਪਲਾਈ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਇੰਡੀਆ ਚ ਬੈਠੇ ਹੀ ਕਿਤੇ ਵੀ ਤੁਸੀਂ ਹੈਗੇ ਹੋ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਸੀਂ ਭਾਵੇਂ ਆਸਟ੍ਰੇਲੀਆ ਚ ਬੈਠੇ ਹੋ ਭਾਵੇਂ ਦੁਬਈ ਬੈਠੇ ਹੋ ਯੂਰਪ ਦੇ ਕਿਸੇ ਕੰਟਰੀ ਚ ਬੈਠੇ ਹੋ ਤੁਸੀਂ ਜੇਕਰ ਆਪਣੀ ਫਾਈਲ ਅਪਲਾਈ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਕੋਈ ਅਸਿਸਟੈਂਟ ਚਾਹੀਦੀ ਹੈਗੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ